ਸਟਾਰਟ ਸਰੀਰ ਦੇ ਹੋਰ ਅੰਗਾਂ ਨੂੰ ਸਜਾਉਣ ਲਈ ਸੋਨੇ ਚਾਂਦੀ ਦੇ ਗਹਿਣੇ ਵੀ ਵਰਤੇ ਜਾਂਦੇ ਹਨ, ਪਰ ਅੱਖਾਂ ਨੂੰ ਸਜਾਉਣ ਲਈ ਸੁਰਮੇ ਦੀ ਵਰਤੋਂ ਕੀਤੀ ਜਾਂਦੀ ਹੈ। ਟੰਡੀ ਸੁਰਮਾ ਇੱਕ ਖਣਿਜ ਪੱਥਰ ਹੈ ਜੋ ਕਾਲੇ ਰੰਗ ਦਾ ਹੈ। ਡੰਡੀ ਇਸ ਨੂੰ ਚੰਗੀ ਤਰ੍ਹਾਂ ਰਗੜ ਕੇ ਅੱਖਾਂ ਦੀ ਸੁੰਦਰਤਾ ਵਧਾਉਣ ਲਈ ਵਰਤਿਆ ਜਾਂਦਾ ਹੈ। ਡੰਡੀ ਬਚਪਨ ਵਿੱਚ ਇਹ ਸੁਰਮਾ ਬੱਚਿਆਂ ਨੂੰ ਵੀ ਪਾਇਆ ਜਾਂਦਾ ਹੈ। ਡੰਡੀ ਵਿਆਹ ਸ਼ਾਦੀਆਂ ਵਿੱਚ ਸੁਰਮੇ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਡੰਡੀ ਉਸ ਸਮੇਂ ਵਿਹਾਂਦੜ ਮੁੰਡੇ ਨੂੰ ਉਸ ਦੀ ਭਰਜਾਈ ਸੁਰਮਾ ਪਾਉਂਦੀ ਹੈ ਅਤੇ ਉਹ ਉਸ ਨੂੰ ਕੋਈ ਗਹਿਣਾ ਜਾਂ ਪੈਸੇ ਦਿੰਦਾ ਹੈ। ਟੰਡੀ ਸੁਰਮਾ ਪਾਉਣ ਵੇਲੇ ਇਹ ਦੋਹਾ ਲਾਇਆ ਜਾਂਦਾ ਹੈ। ਡੰਡੀ ਪਹਿਲੀ ਸਿਲਾਈ ਰਸਪਰੀ ਦਿਓਰਾ, ਦੂਜੀ ਵੇ ਗੁਲਾਨਾਰ। ਡੰਡੀ ਤੀਜੀ ਸਿਲਾਈ ਤਾਂ ਪਾਵਾਂ ਜੇ ਮੋਰਾਂ ਦੇਵੇਂ ਵੇ ਦਿਓਰਾ ਸੁਲੱਖਣਿਆ ਚਾਰ। ਡੰਡੀ ਇਸ ਖਣਿਜ ਪਦਾਰਥ ਨੂੰ ਦੁਕਾਨ ਤੋਂ ਲਿਆ ਕੇ ਪਹਿਲਾਂ ਕੋਰੇ ਕੁੱਜੇ ਵਿੱਚ ਪਾਣੀ ਪਾ ਕੇ ਭਿਉਂਤਾ ਜਾਂਦਾ ਅਤੇ ਫਿਰ ਉਸ ਨੂੰ ਧੁੱਪ ਲਵਾ ਕੇ ਰਗੜਿਆ ਜਾਂਦਾ। ਡੰਡੀ ਇਸ ਪਦਾਰਥ ਨੂੰ ਸਿਲਵੱਟੇ ਨਾਲ ਰਗੜਿਆ ਜਾਂਦਾ ਸੀ। ਡੰਡੀ ਸਿਲ ਇੱਕ ਪੱਥਰ ਦਾ ਕਿਸ਼ਤੀ ਨੁਮਾ ਮਜ਼ਬੂਤ ਭਾਂਡਾ ਹੁੰਦਾ ਹੈ। ਟੰਡੀ ਇਸ ਵਿੱਚ ਸੁਰਮਾ ਪਾ ਕੇ ਉਸ ਨੂੰ ਇੱਕ ਗਿੱਠ ਦੀ ਲੰਬਾਈ ਵਾਲੇ ਹੇਠਾਂ ਤੋਂ ਮਾਮੂਲੀ ਮੋਟੇ ਅਤੇ ਉੱਤੋਂ ਥੋੜ੍ਹੇ ਜਿਹੇ ਪਤਲੇ ਪੱਥਰ ਨਾਲ ਰਗੜਿਆ ਜਾਂਦਾ ਹੈ। ਟੰਡੀ ਔਰਤਾਂ ਇਸ ਨੂੰ ਚੰਦ ਚਾਨਣੀ ਰਾਤ ਵਿੱਚ ਰਗੜਦੀਆਂ ਤਾਂ ਕਿ ਚੰਦਰਮਾ ਦੀਆਂ ਠੰਡੀਆਂ ਕਿਰਨਾਂ ਇਸ ਵਿੱਚ ਪੈਣ। ਡੰਡੀ ਇਸ ਪਦਾਰਥ ਨੂੰ ਰਗੜਨ ਵੇਲੇ ਸਮੁੰਦਰ ਝੱਗ ਅਤੇ ਗੁਲਾਬ ਦੇ ਅਤਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਡੰਡੀ ਇਸ ਨੂੰ ਬਹੁਤ ਹੀ ਮਹੀਨ ਰਗੜਿਆ ਜਾਂਦਾ ਹੈ ਤਾਂ ਕਿ ਅੱਖ ਵਿੱਚ ਪਾਇਆ ਰੜਕੇ ਨਾ। ਡੰਡੀ ਇਸ ਨੂੰ ਸੁਰਮੇਦਾਨੀਆਂ ਵਿੱਚ ਪਾਉਣ ਤੋਂ ਪਹਿਲਾਂ ਕੱਪੜ ਛਾਣ ਕਰਕੇ ਅਤੇ ਅੱਖ ਵਿੱਚ ਪਾ ਕੇ ਦੇਖਿਆ ਜਾਂਦਾ ਹੈ। ਡੰਡੀ ਨਜ਼ਰ ਲੱਗਣ ਤੋਂ ਬਚਾਉਣ ਲਈ ਬੱਚਿਆਂ ਦੇ ਕੰਨ ਦੇ ਪਿੱਛੇ ਸੁਰਮੇ ਦਾ ਕਾਲਾ ਟਿੱਕਾ ਵੀ ਲਾ ਦਿੰਦੀਆਂ ਹਨ। ਡੰਡੀ ਸੁਰਮਾ ਪਾਉਣਾ ਅੱਖਾਂ ਲਈ ਫਾਇਦੇਮੰਦ ਹੈ। ਟੰਡੀ ਇਸ ਲਈ ਇਸ ਨੂੰ ਸ਼ਿੰਗਾਰ ਦਾ ਵਧੀਆ ਸਾਧਨ ਮੰਨਿਆ ਗਿਆ ਹੈ। ਟੰਡੀ ਸੁਰਮਾ ਪਾਉਣਾ ਸ਼ੌਕੀਨੀ ਸਮਝਿਆ ਜਾਂਦਾ ਹੈ। ਟੰਡੀ ਰੱਤੀ ਇੱਕ ਵੇਲ ਦਾ ਬੀਜ ਹੈ। ਟੰਡੀ
ਜੋ ਕਾਲੇ ਅਤੇ ਲਾਲ ਜਾਂ ਸੰਤਰੇ ਰੰਗ ਵਿੱਚ ਹੁੰਦੇ ਹਨ। ਡੰਡੀ ਸੋਨੇ ਦਾ ਕੰਮ ਕਰਨ ਵਾਲੇ ਇਸ ਦੀ ਵਰਤੋਂ ਸੋਨੇ ਦਾ ਵਜ਼ਨ ਕਰਨ ਲਈ ਵਰਤਦੇ ਹਨ, ਪਰ ਇਸ ਦੀ ਵਰਤੋਂ ਵੈਦ ਵੀ ਦਵਾਈਆਂ ਦਾ ਵਜ਼ਨ ਕਰਨ ਲਈ ਵਰਤਦੇ ਹਨ। ਡੰਡੀ ਸੁਰਮੇ ਵਾਸਤੇ ਪੰਜ ਰੱਤੀਆਂ ਸਾਬਤ ਬਹੁਤ ਜ਼ਿਆਦਾ ਹਨ। ਡੰਡੀ ਜਦੋਂ ਮੁਟਿਆਰ ਸੁਰਮਾ ਪਾ ਕੇ ਖੜਦੀ ਹੈ ਉਸ ਨੂੰ ਮਜ਼ਾਕ ਵਜੋਂ ਹੀ ਕਿਹਾ ਹੈ। ਡੰਡੀ ਸੁਰਮਾ ਔਸ਼ਧੀ ਵੀ ਹੈ। ਡੰਡੀ ਕੁਝ ਵੀ ਹੋਵੇ ਸੁਰਮਾ ਅੱਖਾਂ ਦੀ ਸੁਰੱਖਿਆ ਕਰਦਾ ਹੈ, ਤਾਂ ਹੀ ਇਸ ਦੀ ਹੋਂਦ ਅਜੇ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਡੰਡੀ ਸਟਾਪ।